ਭਾਈ ਇੱਕ ਗੁਨਾਹ ਬੜਾ ਹੀ ਹਸੀਨ ਕੀਤਾ ਮੈਂ, ਇੱਕ ਗੁਨਾਹ ਬੜਾ ਹੀ ਹਸੀਨ ਕੀਤਾ ਮੈਂ, ਸ਼ਰਮਿੰਦਾ ਹਾਂ ਝੂਠਿਆਂ ਤੇ ਕਿਉਂ, ਯਕੀਨ ਕੀਤਾ ਮੈਂ ਸ਼ਰਮਿੰਦਾ ਹਾਂ ਝੂਠਿਆਂ ਤੇ ਕਿਉਂ, ਯਕੀਨ ਕੀਤਾ ਮੈਂ। ਸਤਿ ਸ਼੍ਰੀ ਅਕਾਲ, ਬੀਬੀ ਪੱਤੀ ਨਵਾਂ ਸ਼ਹਿਰ ਦੇਖ ਰਹੇ ਹੋ, ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ ਸੂਰੀ। ਤੁਸੀਂ ਸ਼ੇਅਰ ਤੋਂ ਅੰਦਾਜ਼ਾ ਲਾ ਲੈਂਦੇ ਹੋ ਵੀਡੀਓ ਕਿਸ ਬਾਬਤ ਹੋਣ ਵਾਲੀ। ਸਾਥੀਓ, ਆਪਣਾ ਤਾਂ ਇਹੀ ਅਸੂਲ ਹੈ, ਕਹਿੰਦੇ ਕਿ ਸੱਚੀ ਗੱਲ ਮੂੰਹ ਤੇ ਕਹਿਣੀ ਚਾਹੀਦੀ ਹੈ, ਇਨਸਾਨੀਅਤ ਤੇ ਜ਼ਿੰਦਗੀ ਜ਼ਿੰਦਾਬਾਦ ਰਹਿਣੀ ਚਾਹੀਦੀ ਹੈ, ਇਨਸਾਨੀਅਤ ਤੇ ਜ਼ਿੰਦਗੀ ਜ਼ਿੰਦਾਬਾਦ ਰਹਿਣੀ ਚਾਹੀਦੀ ਹੈ। ਅੱਜ ਕੋਈ ਵੱਡਾ ਇਸ਼ੂ ਨਹੀਂ ਹੈ, ਵੈਸੇ ਹੀ ਪਹਿਲਾਂ ਇੱਕ ਸ਼ੇਅਰ ਸੋਚਿਆ ਤੁਹਾਡੇ ਲਈ ਕੀ ਬਣਾਵਾਂ, ਤਾਂ ਜ਼ਹਿਨ 'ਚ ਉਹ ਹੈ ਕਿ ਝੂਠਿਆਂ 'ਤੇ ਯਕੀਨ ਕਰ ਲਿਆ ਤਾਂ ਉਹ ਬੋਲਤਾ, ਮੁੜ ਕੇ ਫਿਰ ਲੱਗਿਆ ਡੀਮੋਰਲਾਈਜ਼ ਵਾਲੀ ਚੀਜ਼ ਨਹੀਂ ਹੋਣੀ ਚਾਹੀਦੀ, ਥੋੜ੍ਹੀ ਬਹੁਤੀ ਪੋਜ਼ਿਟਿਵਿਟੀ ਵਾਲੀ ਵੀ ਗੱਲ ਹੋਣੀ ਚਾਹੀਦੀ ਹੈ। ਤਾਂ ਫਿਰ ਆਪਾਂ ਗੱਲ ਬਣਾ ਲਈ ਕਿ ਜ਼ਿੰਦਗੀ ਅਤੇ ਇਨਸਾਨੀਅਤ ਜ਼ਿੰਦਾਬਾਦ ਰਹਿਣੀ ਚਾਹੀਦੀ ਆ। ਬਾਕੀ ਵੀਰ ਭੈਣ ਭਰਾ ਜੁੜ ਗਏ ਆ, ਅੱਜ ਇੱਕ ਛੋਟਾ ਜਿਹਾ ਲਾਈਵ ਕਰਾਂਗੇ, ਕਿਉਂਕਿ ਬਹੁਤ ਦੇਰ ਹੋ ਗਈ ਆ, ਕਦੀ ਆਪਣੀ ਇਸ ਤਰੀਕੇ ਇੰਟਰੈਕਸ਼ਨ ਨਹੀਂ ਹੁੰਦੀ, ਕਦੀ ਇਸ ਤਰੀਕੇ ਗੱਲਬਾਤ ਨਹੀਂ ਆਪਣੀ ਹੁੰਦੀ, ਕਿਉਂਕਿ 2020-21 ਦਾ ਸਮਾਂ ਯਾਦ ਕਰਾਂ ਤਾਂ ਡੇਲੀ ਟੀਵੀ 32 ਨਵਾਂ ਸ਼ਹਿਰ ਚੈਨਲ 'ਤੇ ਮੈਂ ਤੁਹਾਡੇ ਰੂਬਰੂ ਹੁੰਦਾ ਸੀ, ਲਾਈਵ ਗੱਲਬਾਤ ਕਰਦੇ ਸੀ ਅਸੀਂ, ਅਤੇ ਤੁਹਾਡੇ ਬਹੁਤ ਸਾਰੇ ਮਸਲੇ ਜਿਹੜੇ ਉਹ ਸਿੱਧੇ ਮੇਰੇ ਤੱਕ ਪਹੁੰਚਦੇ ਸੀਗੇ, ਅਤੇ ਫਿਰ ਬਾਅਦ ਵਿੱਚ ਜਿਹਨਾਂ ਦਾ ਹੱਲ ਕੱਢਣ ਲਈ ਤੁਹਾਡੇ ਤੋਂ ਥਾਪੜਾ ਲੈ ਕੇ ਅਸੀਂ ਤੁਰ ਪੈਂਦੇ ਸੀਗੇ। ਪਰ ਹੁਣ ਪਿਛਲੇ ਕਾਫੀ ਸਮੇਂ ਤੋਂ ਪਬਲਿਕ ਡੀਲਿੰਗ ਜ਼ਿਆਦਾ ਹੋਣ ਕਰਕੇ, ਕਿਉਂਕਿ ਮੈਂ ਬੜੀ ਵਾਰ ਕਿਹਾ ਕਿ ਬਹੁਤ ਸਾਰੇ ਵੀਰ ਭੈਣ ਭਰਾ ਆਪਣੇ ਪਰਸਨਲ ਇਸ਼ੂ ਲੈ ਕੇ ਆ ਜਾਂਦੇ ਆ, ਜਿਹੜੇ ਪਰਿਵਾਰਾਂ ਦੇ ਇਸ਼ੂ ਹੁੰਦੇ ਆ ਪਿਛਲੇ 5-5, 10-10 ਸਾਲ ਤੋਂ ਚੱਲਦੇ, ਬਈ ਉਹ ਸਾਡੇ ਬਸ ਦਾ ਰੋਗ ਨਹੀਂ ਹੁੰਦਾ, ਕਿਉਂਕਿ ਕਿਹਨੂੰ ਗਲਤ ਕਿਹਨੂੰ ਸੱਚ ਕਹਿ ਦਈਏ, ਬਹੁਤ ਲੰਬੀ ਡਿਟੇਲ 'ਚ ਜਾਣਾ ਪੈਂਦਾ, ਉਨੀ ਆਪਣੇ ਬਸ ਦਾ ਰੋਗ ਹੈ ਨਹੀਂ। ਤਾਂ ਅੱਜ ਅਸੀਂ ਇੰਟਰੈਕਸ਼ਨ ਮੈਂ ਚਾਹੁੰਦਾ ਥੋੜ੍ਹੀ ਜਿਹੀ ਕਰ ਲਈਏ, ਮੈਂ ਸਾਰੇ ਵੀਰ ਭੈਣ ਭਰਾਵਾਂ ਦੇ ਨਾਂ ਬੋਲ ਦਵਾਂ, ਕਿਉਂਕਿ ਤੁਹਾਡੀ ਜਿਹੜੀ ਆਵਾਜ਼ ਹੁੰਦੀ ਨਾ ਉਹ ਰੱਬ ਦੀ ਆਵਾਜ਼ ਹੁੰਦੀ ਆ। ਤੁਸੀਂ 2020 'ਚ ਜਦੋਂ ਅਸੀਂ ਕੰਮ ਸ਼ੁਰੂ ਕੀਤਾ ਸੀ ਟੀਵੀ 32 ਨਵਾਂ ਸ਼ਹਿਰ ਚੈਨਲ ਦਾ, ਤਾਂ ਮੈਂ ਸੱਚੀ ਗੱਲ ਤੁਹਾਨੂੰ ਕਹਿਣੀ ਚਾਹੂੰਗਾ ਕਿ ਹਰ ਇੱਕ ਬੰਦੇ ਨੂੰ ਪਹਿਲਾਂ ਆਪਣਾ ਆਪ ਤਾਂ ਬਹੁਤ ਸਿਆਣਾ ਲੱਗਦਾ ਹੁੰਦਾ ਨਾ, ਕਿ ਮੈਨੂੰ ਬਹੁਤ ਸਮਝ ਆ। ਵੀਡੀਓ ਕਰਦੇ ਹੁੰਦੇ ਸੀਗੇ, ਬਹੁਤ ਤਿਆਰੀਆਂ ਕਰਨੀਆਂ, ਮੈਂ ਸਕ੍ਰਿਪਟ ਬਣਾਉਣੀ, ਸਾਰਾ ਕੁਛ ਕਰਨਾ ਕਿ ਇੱਦਾਂ ਇੰਟਰਵਿਊ ਕਰਦੇ ਆ, ਫਲਾਨੇ ਦੀ ਕਰਦੇ ਆ। ਲੇਕਿਨ ਜਿਹੜੀ ਸਭ ਤੋਂ ਪਹਿਲੀ ਸਾਡੀ ਵੀਡੀਓ ਵਾਇਰਲ ਹੋਈ ਸੀਗੀ, ਜਿਹਨੇ ਜਿਹੜੀ ਆਲ ਓਵਰ ਜਿੱਥੇ ਜਿੱਥੇ ਪੰਜਾਬੀ ਰਹਿੰਦੇ ਆ ਪੂਰੇ ਇੰਟਾਇਰ ਵਰਲਡ 'ਚ ਜਿਹਨੇ ਟਰੈਵਲ ਕੀਤਾ ਸੀ, ਉਹ ਕਮੈਂਟ 'ਚੋਂ ਹੀ ਕਿਸੇ ਵੀਰ ਨੇ ਸਾਨੂੰ ਸੁਜੈਸ਼ਨ ਦਿੱਤਾ ਸੀ ਕਿ ਜਾ ਕੇ ਵੀਡੀਓ ਬਣਾਓ, ਅਤੇ ਮੈਂ ਉਸ ਵੀਰ ਦੇ ਕਹੇ 'ਤੇ ਜਾ ਕੇ ਵੀਡੀਓ ਬਣਾ ਲਈ। ਚਲੋ ਤਿਆਰੀ ਤਾਂ ਕਰਨੀ ਪੈਂਦੀ ਹੈ, ਵੀਡੀਓ ਜਦ ਬਣਾ ਲਈ ਆਈ ਡੋਂਟ ਨੋ ਕਿੱਥੋਂ ਕ੍ਰਿਸ਼ਮਾ ਹੁੰਦਾ ਹੈ ਨਾ, ਇੰਨੀ ਉਹ ਵੀਡੀਓ ਵਾਇਰਲ ਹੋਈ ਹੈ, ਇੰਨੀ ਵੀਡੀਓ ਵਾਇਰਲ ਹੋਈ, 2020 ਦੀ ਗੱਲ ਆ ਇਹ। ਉਸ ਦਿਨ ਤੋਂ ਮੈਂ ਉਸੇ ਵੇਲੇ ਹੀ ਸੋਚ ਲਿਆ ਸੀਗਾ ਕਿ ਯਾਰ ਹਨਾ, ਜੋ ਸਿਆਣੇ ਕਹਿੰਦੇ ਆ, ਜਿੱਦਾਂ ਮੇਰੇ ਫਾਦਰ ਸਾਹਿਬ ਹਮੇਸ਼ਾ ਕਹਿੰਦੇ ਆ ਕਿ ਲੋਕਾਂ ਦੀ ਆਵਾਜ਼ ਰੱਬ ਦੀ ਆਵਾਜ਼ ਹੈ, ਸੰਗਤ ਦੀ ਆਵਾਜ਼ ਰੱਬ ਦੀ ਆਵਾਜ਼ ਹੈ, ਤਾਂ ਮੈਂ ਉਸ ਤੋਂ ਬਾਅਦ ਸਰੈਂਡਰ ਕਰ ਦਿੱਤਾ। ਮੈਂ ਕਿਹਾ ਵੀ ਆਪਾਂ ਜਿੱਦਾਂ ਸਾਡਾ ਪਰਿਵਾਰ ਕਹੂਗਾ ਉੱਦਾਂ ਹੀ ਚੱਲਾਂਗੇ। ਤਾਂ ਹੁਣ ਮੈਂ ਕਮੈਂਟਸ ਪੜ੍ਹ ਲਵਾਂ, ਮਤਲਬ ਤੁਸੀਂ, ਮੈਂ ਇਹ ਗੱਲ ਕਿਉਂ ਕੀਤੀ, ਮੈਂ ਇਹ ਕਹਿਣਾ ਚਾਹੁੰਦਾ ਕਿ ਮੈਂ ਤੁਹਾਡਾ ਬਹੁਤ ਸਤਿਕਾਰ ਕਰਦਾ, ਮੇਰੇ ਲਈ ਤੁਸੀਂ ਬਹੁਤ ਮਾਇਨੇ ਰੱਖਦੇ ਹੋ, ਜਿੰਨੇ ਵੀ ਪੀਵੀ 32 ਨਵਾਂ ਸ਼ਹਿਰ ਨੂੰ ਦੇਖਦੇ ਆ, ਸਾਰੀ ਇਨਸਾਨੀਅਤ ਦੀ ਵੈਸੇ ਮੇਰੇ ਲਈ VVIP ਹੈ। ਹਾਂ, ਇੱਕ ਗੱਲ ਜ਼ਰੂਰ ਹੈ, ਜਿਹੜੇ ਆਪਣੇ ਆਪ ਨੂੰ VIP ਕਹਿੰਦੇ ਆ, ਉਹਨਾਂ ਦੇ ਵਿੱਚ ਫਿਰ ਅਸੀਂ VI ਕੱਢ ਕੇ ਇਕੱਲਾ ਪੌਜ਼ ਲਾ ਦਿੰਦੇ ਹਾਂ, ਹਨਾ ਇਕੱਲਾ P ਰਹਿ ਜਾਂਦਾ। ਪਰ
ਜਿਹੜੇ ਸਾਡੇ ਭਰਾ ਆ ਭੈਣਾਂ ਆ ਜਿਹੜੇ ਸਾਨੂੰ ਪਿਆਰ ਕਰਦੇ ਆ ਉਹ ਸਾਡੇ ਲਈ VIP ਨਹੀਂ ਸਾਡੇ ਲਈ VVIP ਆ। ਮੈਂ ਇੱਕ ਵਾਰੀ ਨਾ ਪੜ੍ਹ ਦਿੰਦਾ ਕਿਉਂਕਿ ਮੇਰਾ ਬੜਾ ਦਿਲ ਸੀ ਅੱਜ ਮੈਂ ਤੁਹਾਡੇ ਨਾਲ ਇੰਟਰੈਕਸ਼ਨ ਕਰਾਂ ਤੁਹਾਡੇ ਨਾਲ ਗੱਲਾਂ ਬਾਤਾਂ ਕਰੀਏ। ਆਉਣ ਵਾਲੇ ਸਮੇਂ ਵਿੱਚ ਇੱਦਾਂ ਵੀ ਕੋਸ਼ਿਸ਼ ਕਰਾਂਗੇ ਕਿ ਤੁਹਾਡੀਆਂ ਕਾਲਸ ਲੈਣੀਆਂ ਸ਼ੁਰੂ ਕਰੀਏ ਜਿੱਦਾਂ ਪਹਿਲਾਂ ਕਰਦੇ ਹੁੰਦੇ ਸੀ, ਕਿਉਂਕਿ ਮੈਂ ਕਿੰਨਾ ਕੁ ਬੋਲੂੰਗਾ ਜਾਂ ਮੈਂ ਕਿੰਨਾ ਕੁ ਇਕੱਲਾ ਹਰੇਕ ਥਾਂ ਤੇ ਪਹੁੰਚੂਗਾ, ਤੁਸੀਂ ਨਾਲ ਹੋਵੋਗੇ ਨਾ ਫਿਰ ਗੱਲ ਕੁਛ ਹੋਰ ਆ। ਮੈਂ ਚਾਹੁੰਦਾ ਤੁਸੀਂ ਵੀ ਸਾਰੇ, ਕਿਉਂਕਿ ਪਲੇਟਫਾਰਮ ਹੀ ਤੁਹਾਡਾ ਆ, PB32 ਨਵਾਂ ਸ਼ਹਿਰ ਪਲੇਟਫਾਰਮ ਤੁਹਾਡਾ ਆ, ਤੇ ਮੈਂ ਚਾਹੁੰਦਾ ਆਪਣੇ ਚੈਨਲ ਤੇ ਥੋੜਾ ਥੋੜਾ ਤਾਂ ਆਇਆ ਕਰੋ ਤੁਸੀਂ। ਮੈਂ ਨਾ ਬੋਲਦਾ ਜੀ, ਸਭ ਤੋਂ ਪਹਿਲਾਂ ਨਾਮ ਨਜ਼ਰ ਜਿਹੜਾ ਮੈਨੂੰ ਆ ਰਿਹਾ ਬੀਰਚੰਦ ਐਡਵੋਕੇਟ ਲਸਾੜ ਸਰ, ਕੀ ਹਾਲ ਚਾਲ ਜੀ, ਭੋਗਲ ਜੀ ਦਾ ਆ ਰਿਹਾ, ਪੂਜਾ ਕਸ਼ਪ ਆਪਣੀ ਛੋਟੀ ਭੈਣ ਆ, ਅਰਿਆਨ ਹੰਸ ਜੀ, ਰਕੇਸ਼ ਕੁਮਾਰ ਸਾਬੀ ਜੀ ਕਰ ਰਹੇ ਨੇ, ਹਾਂਜੀ ਭਾਜੀ ਕੀ ਹਾਲ ਹੈ, ਠੀਕ ਹੈ, ਬਲਜੀਤ ਸੈਣੀ ਜੀ, ਮੰਗਤ ਸਾਹਿਬ ਜੀ, ਪ੍ਰਦੀਪ ਮੰਡੇਰ ਜੀ, ਸੁਖਦੇਵ ਸਿੰਘ ਜੀ, ਜਤਿੰਦਰ ਕਲੇਰ ਜੀ, ਕਮਲਜੀਤ ਸਿੰਘ ਜੀ, ਜਸਵੀਰ ਸਿੰਘ ਜੱਸੀ, ਰਾਈਟ ਬਰੋ, ਪਰ ਜਸਵੀਰ ਸਿੰਘ ਜੱਸੀ ਕਿਤੇ ਉਹ ਤਾਂ ਨਹੀਂ, ਉਹ ਦਿਲ ਲੈ ਗਈ ਕੁੜੀ ਗੁਜਰਾਤ ਦੀ, ਠੀਕ ਹੈ। ਫਿਰ ਜਸਵੰਤ ਬੈਂਸ ਪੰਡੋਰੀ, ਅਜੇ ਹੰਸ ਜੀ, ਸੁਖਜਿੰਦਰ ਸਿੰਘ ਜੀ, ਜਸਪ੍ਰੀਤ ਸਿੰਘ ਢੱਡਾ ਜੀ, ਸਤਨਾਮ ਸਿੰਘ ਜੀ, ਸ਼ਿੰਗਾਰਾ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਹਰਪ੍ਰੀਤ ਸਿੰਘ, ਨਰਵੈਂਤ ਜੀ, ਨਿਤਿਨ ਸਿੰਘ ਜੀ, ਰਕੇਸ਼ ਕੁਮਾਰ ਭਾਜੀ ਤੁਸੀਂ ਗ੍ਰੇਟ ਹੋ, ਥੈਂਕ ਯੂ, ਮੈਨੂੰ ਪਤਾ ਯਾਰ ਮੈਂ ਗ੍ਰੇਟ, ਤੁਸੀਂ ਮੈਨੂੰ ਲੇਟ ਮਿਲਿਆ। ਕਿਰਪਾਲ ਕੌਰ ਜੀ, ਵੀਰ ਭਾਨ ਜੀ, ਗੁੱਡ ਈਵਨਿੰਗ ਜੀ, ਗੁੱਡ ਈਵਨਿੰਗ ਸਰ, ਕੀ ਹਾਲ ਚਾਲ ਹੈ ਜੀ। ਸਰਪੰਚ ਹੀਰਾ ਖੇਪਰ ਜੀ, ਜੋਬਨਪ੍ਰੀਤ ਭੰਗਲ, ਕੀ ਹੋ ਗਿਆ ਜਨਾਬ, ਜੋਬਨਪ੍ਰੀਤ ਭੰਗਲ ਭਰਾ ਆ ਆਪਣਾ, ਨਥਿੰਗ ਜੋਬਨ, ਕੋਈ ਏਦਾਂ ਦੀ ਗੱਲ ਨੀ, ਓਦਾਂ ਹੀ ਸ਼ੇਰ ਦਾ ਜਿਹੜਾ ਤੁੱਕ ਬਣੀ ਉਹ ਬਣਾਤੀ। ਪੂਨਮ ਚੋਪੜਾ ਜੀ, ਗਿੱਲ ਯਾਰ, ਸੂਰੀ ਸਾਹਿਬ, ਚੰਗੇ ਕੰਮ ਵਿੱਚ ਮੁਸ਼ਕਿਲਾਂ ਆਉਂਦੀਆਂ ਹੀ ਰਹਿੰਦੀਆਂ, ਡਟੇ ਰਹੋ। ਦੇਖੋ ਭਾਜੀ ਮੈਂ ਤੁਹਾਨੂੰ ਗੱਲ ਦੱਸਾਂ, ਪਿਛਲੇ ਸਮੇਂ ਚ ਨਾ ਮੈਂ ਕੁਝ ਜ਼ਿਆਦਾ ਸਪਿਰਚੁਅਲ ਹੋ ਗਿਆ ਗਿੱਲ ਭਾਜੀ। ਸਪਿਰਚੁਅਲ ਕੋਈ ਬੰਦਾ ਹੀ ਹੋ ਸਕਦਾ, ਉਹਦੇ ਅੰਦਰ ਉਹਦੇ ਬਹੁਤ ਸਬਰ ਹੋਣਾ ਚਾਹੀਦਾ, ਬਹੁਤ ਉਹਨੂੰ ਭਰੋਸਾ ਹੋਣਾ ਚਾਹੀਦਾ ਮਾਲਕ ਤੇ। ਔਰ ਕਈ ਵੇਲੇ ਜਿਹੜਾ ਮੇਰੇ ਵਰਗਾ ਸ਼ੈਤਾਨ ਬੰਦਾ ਹੁੰਦਾ, ਉਹ ਜਦ ਆਪਣੀ ਸ਼ੈਤਾਨੀ ਲਾਉਂਦਾ ਨਾ ਕਿ ਏਦਾਂ ਨੀ ਏਦਾਂ ਹੋਣਾ ਏਦਾਂ ਨੀ ਏਦਾਂ ਹੋਣਾ, ਤਾਂ ਔਖਾ ਹੋ ਜਾਂਦਾ, ਕਿਉਂਕਿ ਕਾਇਨਾਤ ਅਕਾਲ ਪੁਰਖ ਮਹਾਰਾਜ ਦੀ ਆ। ਸਾਡਾ ਕੰਮ ਮੈਨੂੰ ਲੱਗਦਾ ਸਿਰਫ ਇਹੀ ਆ ਕਿ ਸਰੈਂਡਰ ਹੋ ਜਾਓ। ਆਹ ਦੁਨੀਆਂ ਦੀਆਂ ਟੈਨਸ਼ਨਾਂ ਨੂੰ ਨੀ ਮੈਂ ਕੁਛ ਵੀ ਮੰਨਦਾ, ਦੁਨੀਆਂ ਕਿਉਂਕਿ ਐਟ ਦਾ ਐਂਡ ਪਿੱਛੇ ਦਾ ਸੁਪਰੀਮ ਪਾਵਰ ਹੈ ਨਾ, ਉਹਨੇ ਤਾਂ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਰਨਾ। ਸਮਾਜ ਦੀ ਜਾਂ ਦੁਨੀਆਂ ਦੀ ਜਿਹੜੀਆਂ ਮੁਸ਼ਕਿਲਾਂ ਆ ਬੰਦੇ ਨੇ ਬਣਾਈਆਂ, ਜੋ ਹੈ ਉਹ ਹੈ, ਆਪਣਾ ਤਾਂ ਬਸ ਇਹੀ ਹੈ ਕਿ ਇੱਕ ਵਾਰੀ ਉਹ ਦਰਸ਼ਨ ਦੇ ਦਰ ਦੇ ਕੇ ਇਹਨੂੰ ਸ਼ਾਂਤ ਜਿਹਾ ਕਰੇ ਕਿ ਪਤਾ ਲੱਗੇ ਹੈ ਨਾ ਕਿਵੇਂ ਮਹਾਰਾਜ ਨੇ ਰਚਨਾ ਕੀਤੀ। ਆਪਾਂ ਤਾਂ ਬਸ ਏਦਾਂ ਦੀਆਂ ਸੋਚਾਂ ਲਈ ਵੇਲੇ ਤੁਰ ਪਈਦਾ, ਹੋਰ ਆਪਾਂ ਨੂੰ ਕੋਈ ਪਰੇਸ਼ਾਨੀ ਨਹੀਂ। ਊਸ਼ਾ ਬੰਸਲ ਜੀ, ਹਿਮਾਨੀ ਲਵਿਸ਼ ਜੀ, ਝੱਲੀ ਜੀ, ਅਸ਼ਵਿੰਦਰ ਸੈਂਪਲੇ ਜੀ, ਬਾਬਾ ਸੋਨੀ ਜੀ, ਕਿੱਦਾਂ ਬਰੋ, ਠੀਕ ਹੈ ਭਾਜੀ, ਹਰਜੋਤ ਸਿੰਘ ਜੀ, ਜਸਵਿੰਦਰ ਜੱਸ ਜੀ, ਹੀਰਾ ਵਰਮਾ ਜੀ, ਕਿੱਦਾਂ ਭਾਜੀ, ਠੀਕ ਹੈ ਜੀ, ਨਰੇਸ਼ ਪ੍ਰਭਾਕਰ ਸਾਹਿਬ ਰਾਹੋਂ ਤੋਂ, ਗੌਰਵ ਜਗਪਾਲ ਜੀ, ਰਣਜੀਤ ਰਾਣਾ ਸਿੰਗਰ ਤਾਂ ਨੀ, ਸੱਜਣਾ ਨੂੰ ਹੁਣ ਕੀ ਆਖਾਂ ਮੈਂ, ਛੱਡ ਕੇ ਜਾਂਦੇ ਸੱਜਣਾ ਨੂੰ, ਸੈਣੀ ਸਾਹਿਬ, ਗੁਰਸਿੰਘ, MD ਨਾਸਿਰ, ਮੁਹੰਮਦ ਨਾਸਿਰ ਜੀ, ਹਰਵਿੰਦਰ ਸਿੰਘ, ਚੇਰਾ ਸਾਹਿਬ, ਸੌਰਵ ਸੰਧੂ, ਸੂਰੀ ਸਾਹਿਬ, ਕੀ ਹੋ ਗਿਆ, ਕੁਛ ਨਹੀਂ ਹੋਇਆ, ਮੇਰੇ ਤੋਂ ਕੈਪਸ਼ਨ ਪੈ ਗਈ, ਉਹ ਕੋਈ ਏਦਾਂ ਦੀ ਗੱਲ ਨਹੀਂ ਹੈ ਜੀ। ਦੇਖੋ ਹਰ ਇੱਕ ਬੰਦੇ ਦਾ ਕਰਮ ਹੈ, ਚਲੋ ਜੇ ਆਪਾਂ ਵੈਸੇ ਗੱਲ ਕਰੀਏ, ਕੋਈ ਕਿਸੇ ਨੇ ਸਾਡੇ ਨਾਲ ਚੰਗੀ ਮਾੜੀ ਕੀਤੀ ਵੀ ਹੋਊਗੀ,
ਪਾਰਟ ਆਫ ਲਾਈਫ ਆ, ਹੁੰਦੀ ਰਹਿੰਦੀ ਆ, ਕੋਈ ਆਪਾਂ ਨੂੰ ਏਦਾਂ ਦੀ ਗੱਲ ਨਹੀਂ ਹੈਗੀ। ਕੈਪਸ਼ਨ ਉਹ ਪੈ ਗਈ ਕਿਉਂਕਿ ਸ਼ੇਅਰ ਉਹ ਬੋਲਿਆ ਗਿਆ ਸੀਗਾ। ਐਕਸਪੈਰੀਮੈਂਟ ਇਹ ਹੁੰਦਾ ਕਿਉਂਕਿ ਹਰ ਵਾਰੀ ਅਸੀਂ ਬਿਨਾਂ ਕੈਪਸ਼ਨ ਤੋਂ ਲਾਈਵ ਸਿੱਧਾ ਹੀ ਚਲਾ ਦੇਈਦਾ, ਤਾਂ ਆਪਾਂ ਸੋਚਿਆ ਕਿ ਮੈਂ ਸੋਚਿਆ ਜੀ ਕਿ ਇੱਦਾਂ ਕੈਪਸ਼ਨ ਪਾ ਕੇ ਦੇਖ ਲੈਂਦੇ ਹਾਂ ਕਿ ਪਬਲਿਕ ਕਮੈਂਟ ਕਰੂਗੀ, ਉਹਨਾਂ ਨੂੰ ਕਿੰਨੇ ਕਿੰਨੇ ਧੋਖਾ ਦਿੱਤਾ ਜਾਂ ਕਿੱਦਾਂ ਨਾ। ਕਿਉਂਕਿ ਆਪਾਂ ਏਦਾਂ ਦੇ ਸ਼ੋਅਸ ਬਹੁਤ ਪਲਾਨ ਕਰੀਏ ਲੇਕਿਨ ਕਦੀ ਮੈਂ ਇੰਪਲੀਮੈਂਟ ਨਹੀਂ ਕਰ ਪਾਉਂਦਾ, ਐਗਜੀਕਿਊਟ ਨਹੀਂ ਹੁੰਦੇ। ਮੇਰੇ ਡੈਡੀ ਬੜੀ ਵਾਰ ਕਹਿ ਦਿੰਦੇ ਆ ਮੈਨੂੰ ਕਿ ਯਾਰ ਤੂੰ ਗੱਲਾਂ ਕਰਦਾ ਰਹਿੰਦਾ ਪਰ ਉਹ ਇੰਪਲੀਮੈਂਟ ਨਹੀਂ ਹੁੰਦੀਆਂ। ਜਿਵੇਂ ਅਸੀਂ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਸੀ ਰਾਜਨੀਤਿਕ ਚੀਕਾਂ, ਪ੍ਰੈਸ ਰਿਪੋਰਟਰ ਸਾਹਿਬ ਜਿੰਨੇ ਵੀ ਸੀਨੀਅਰ ਨੇ ਉਹ ਬਿਜ਼ੀ ਹੋ ਜਾਂਦੇ ਆ, ਕਿਤੇ ਮੈਂ ਬਿਜ਼ੀ ਹੋ ਜਾਂਦਾ, ਕੋਈ ਕਮਰਸ਼ੀਅਲ ਆ ਜਾਂਦੀ ਆ, ਕਿਤੇ ਹੈਲਥ ਦਾ ਇਸ਼ੂ ਆ ਗਿਆ, ਪਰ ਅਸੀਂ ਡਟੇ ਹੋਏ ਆ। ਇਸ ਕਰਕੇ ਕੋਈ ਸ਼ੋਅ ਪਲਾਨ ਕਰ ਲਈਏ। ਵਿਕਰਮ ਕੁਮਾਰ ਜੱਸਲ ਜੀ ਕਹਿੰਦੇ ਗੁੱਡ ਈਵਨਿੰਗ ਜੀ, ਜਾਨੀ ਸਾਹਿਬ ਦੇਖ ਰਹੇ ਆ ਜਾਨੀ। ਰਾਕੇਸ਼ ਕੁਮਾਰ ਕਹਿੰਦੇ ਕੱਲ ਦੀ ਵੀਡੀਓ ਦੇਖੀ ਭਾਜੀ, ਕਮਾਲ ਕਰਤੀ ਤੁਸੀਂ। ਓਕੇ, ਮੇਰਾ ਖਿਆਲ ਕੱਲ ਦੋ ਵੀਡੀਓ ਅਪਲੋਡ ਕੀਤੀਆਂ ਜੀ, ਇੱਕ ਤਾਂ ਜਿਹੜਾ ਬਾਰਾ ਸਿੰਘ ਆ, ਕੁਝ ਲੋਕ ਕਹਿ ਰਹੇ ਉਹ ਸਾਂਬਰ ਆ ਪਰ ਮੈਂ ਉੱਥੇ ਮੌਕੇ ਤੇ ਪੁੱਛਿਆ, ਉਹ ਕਹਿੰਦੇ ਬਾਰਾ ਸਿੰਘ ਆ ਹੀ ਆ, ਉਹਨੂੰ ਰੈਸਕਿਊ ਕੀਤਾ ਸੀ। ਦੂਜੀ ਮੇਰੇ ਖਿਆਲ ਵੀਡੀਓ ਸੀਗੀ ਜਿਹੜੇ ਉਹ ਬੈਟਰੀ ਚੋਰੀ ਕਰਦੀਆਂ ਬੰਦੇ ਦੀਆਂ। ਚਲੋ ਆਪਾਂ ਤਾਂ ਦੋਵੇਂ ਪਾਸੇ ਕੋਸ਼ਿਸ਼ ਕੀਤੀ ਕਿ ਅਵੇਅਰਨੈਸ ਆ ਸਕੇ। ਦੂਜਾ ਰਾਜੇਸ਼ ਸ਼ਰਮਾ ਜੀ ਦਾ ਕਮੈਂਟ ਆ ਰਿਹਾ ਜੀ, ਦੀਪਕ ਦੇ ਦੀਪਕ ਤਾਰਲੋਚਨ ਤਰਲੋਚਨ ਹੋਣਾ ਮੇਰੇ ਖਿਆਲ। ਬਾਬਾ ਸੋਨੀ ਜੀ ਬਲੱਡ ਵਾਟਰ ਬਣ ਗਏ। ਜਸਰਾਜ ਖੇਲਾ ਜੀ, ਐਮ ਡੀ ਨਾਸਰ ਸਾਹਿਬ ਕਹਿ ਰਹੇ ਡੋਂਟ ਵਰੀ ਸੀ ਨਾਲ ਹੈ ਤੁਹਾਡਾ ਹੀ ਭਾਜੀ ਕਰਮ ਹੈ। ਵੈਸੇ ਆ ਪਾਣੀ ਦੇਖ ਲਿਓ ਭਰਾਵਾ, ਫੇਰ ਕੋਈ ਗੱਲ ਤਾਂ ਮੈਂ ਕਹਿ ਦੇਵੀ, ਤੁਹਾਡਾ ਹੀ ਕਰਮ ਹੈ। ਆਪਾਂ ਸਾਰੇ ਨਾਲ ਹੀ ਆ, ਆਪਣਾ ਆਪਣੀ ਤਾਂ ਸੋਚ ਹੁਣ ਇੱਦਾਂ ਦੀ ਬਣਦੀ ਜਾਂਦੀ ਆ ਕਿਉਂਕਿ ਮਹਾਰਾਜ ਨੂੰ ਹਾਜ਼ਰ ਨਾਜ਼ਰ ਮੰਨ ਕੇ ਚੱਲਦੇ ਆ। ਕਿਸੇ ਟਾਈਮ ਸੋਚ ਇਹ ਸੀ ਕਿ ਆਪਣਾ ਯਾਰ ਗਲਤ ਹੋਵੇ ਤਾਂ ਵੀ ਨਾਲ ਖੜੇ ਆ, ਪਰ ਹੁਣ ਸੋਚ ਇਹ ਕਿ ਆਪਣਾ ਯਾਰ ਗਲਤ ਹੋਊਗਾ ਉਹਨੂੰ ਸਾਈਡ ਤੇ ਲਿਆ ਕੇ ਕਹਿ ਦਾਂ ਕਿ ਬਾਈ ਤੂੰ ਗਲਤ ਆ, ਮਾਫੀ ਮੰਗ ਲਾ, ਨਹੀਂ ਤਾਂ ਮੈਂ ਹੋਣ ਲੱਗਾ ਦੂਜੇ ਪਾਸੇ ਸੱਚ ਵਾਲੇ ਪਾਸੇ। ਤਾਂ ਸੋਚ ਆ ਜੀ, ਆਪਣਾ ਕੋਈ ਦੁਨੀਆਂ ਤੇ ਦੁਸ਼ਮਣ ਨਹੀਂ ਆ। ਗੋਪੀ ਰਾਏ ਰਣਜੀਤ ਜੀ ਕਹਿ ਰਹੇ ਕੀ ਹਾਲ ਚਾਲ ਠੀਕ ਠਾਕ ਹੋ? ਹਾਂਜੀ ਬਿਲਕੁਲ ਜੀ, ਗੋਪੀ ਰਾਏ ਜੀ ਦੇਖ ਰਿਹਾ, ਸਿੰਘ ਕੁਲਦੀਪ ਸਿੰਘ ਦੇਖ ਰਿਹਾ, ਰਾਕੇਸ਼ ਕੁਮਾਰ ਸਾਹਿਬ ਵੀ ਕਹਿ ਰਿਹਾ ਤੁਸੀਂ ਜਿੱਥੇ ਪਹੁੰਚ ਜਾਂਦੇ ਹੋ ਤਾਂ ਬਾਕੀ ਸਾਰਿਆਂ ਦਾ ਕੌਨਫੀਡੈਂਸ ਵੱਧ ਜਾਂਦਾ ਹੈ। ਮਹਾਰਾਜ ਕਰਕੇ ਆ ਜੀ, ਮਹਾਰਾਜ ਹਰ ਜਗ੍ਹਾ ਅਕਾਲ ਪੁਰਖ ਮਹਾਰਾਜ ਆ ਜੀ, ਮਹਾਰਾਜ ਹੀ ਸਾਰਿਆਂ ਨੂੰ ਕੌਨਫੀਡੈਂਸ ਅੰਦਰੋਂ ਦਿੰਦੇ ਆ, ਬੰਦੇ ਦੀ ਕੀ ਔਕਾਤ। ਕੁਲਦੀਪ ਸਿੰਘ ਖਾਲਸਾ ਜੀ, ਮਨਕ ਹਰਪ੍ਰੀਤ ਜੀ, ਹੁਸਨ ਭੁੰਬਲਾ ਜੀ, ਨਰੇਸ਼ ਪ੍ਰਭਾਕਰ ਸਾਹਿਬ ਲਿਖ ਰਹੇ ਨੇ ਗੁੱਡ, ਰਵੀ ਕੁਮਾਰ ਜੀ, ਰਜਿੰਦਰ ਕੁਮਾਰ ਜੀ ਕਿੱਦਾਂ ਭਾਜੀ ਠੀਕ ਹੈ ਜੀ, ਕਾਕਾ ਟੂਰ ਸਾਹਿਬ ਦੇਖ ਰਹੇ ਨੇ ਗੁੱਡ ਲਿਖ ਰਹੇ ਨੇ, ਥੈਂਕ ਯੂ ਸਰ। ਬਲਜੀਤ ਕੁਮਾਰ ਲਿਖ ਰਹੇ ਨੇ ਗੁੱਡ ਈਵਨਿੰਗ, ਵੈਰੀ ਗੁੱਡ ਈਵਨਿੰਗ ਟੂ ਯੂ ਸਰ। ਯਾਦ ਸਿੰਘ ਜੀ, ਮਨੂ ਕੇਵਲ ਜਾਡਲਾ, ਨਾਈਸ ਲੁਕਿੰਗ ਲਿਖ ਰਹੇ ਆ, ਸ਼ੁਕਰੀਆ ਸਰ। ਸੁਖਦੇਵ ਸਿੰਘ ਜੀ ਲਿਖ ਰਹੇ ਨੇ ਜ਼ਿੰਦਾਬਾਦ। ਅਮਿਤ ਕੇ ਕੌਸ਼ਲ ਸਾਹਿਬ, ਰਾਜੀਵ ਖੁਰਾਨਾ ਜੀ, ਮੀਕਾ ਸਿੰਘ ਢਿੱਲੋਂ ਸਾਹਿਬ ਸਤਿ ਸ੍ਰੀ ਅਕਾਲ ਜੀ, ਸੋਨੀ ਖੱਤਰੀ ਸਾਹਿਬ, ਬਲਜੀਤ ਕੁਮਾਰ ਜੀ, ਸੰਤੋਖ ਸਿੰਘ ਜੀ, ਅਮਨਦੀਪ ਸਿੰਘ ਜੀ, ਬਹੁਤ ਵਧੀਆ ਬਰੋ। ਚੱਕਦਾਨਾ ਚੱਕਦਾਨੇ ਵਾਲਿਓ ਯਾਰ, ਮੈਨੂੰ ਥੋੜਾ ਗਿਲਾ ਜਿਹਾ ਆ ਗਿਆ, ਹੁਣ ਮੈਂ ਗੱਲ ਕਰ ਲੈਣੀ ਆ ਕਿਉਂਕਿ 5-6 ਚੋਰੀਆਂ ਹੋਈਆਂ ਤੁਹਾਡੇ ਮੇਰੇ ਖਿਆਲ ਪਰਸੋਂ ਚੱਕਦਾਨੇ ਪਿੰਡ, ਤੇ ਮੈਂ ਚਾਹੁੰਦਾ ਸੀ ਉਹ ਖਬਰ ਨਾਲ ਅਵੇਅਰਨੈਸ ਲਿਆਈ ਜਾਵੇ ਪਰ ਸਪੋਰਟ ਨਹੀਂ ਮਿਲੀ, ਮੈਨੂੰ ਚੰਗਾ ਜਿਹਾ ਨਹੀਂ ਲੱਗਿਆ। ਮੈਂ ਅਮਨਦੀਪ ਜੀ ਤੁਹਾਨੂੰ ਨਹੀਂ ਕਹਿ ਰਿਹਾ, ਤੁਸੀਂ ਤਾਂ ਭਰਾ ਹੋ ਆਪਣੇ, ਪਰ ਊਂ ਮੈਂ ਗੱਲ ਕਰਦਾ ਕਿ ਮੇਰੀ ਗੱਲ ਵੀ ਹੋਈ ਸੀ ਕਿ ਚਲੋ ਮੋਹ ਦੁਬਾਰਾ ਨਾ, ਮੈਂ ਕਿਸੇ ਦਾ ਨਾਮ ਕਾਹਨੂੰ ਲੈਣਾ, ਪਰ ਇਹ ਅਵੇਅਰਨੈਸ ਲਈ ਚੀਜ਼ਾਂ ਹੁੰਦੀਆਂ, ਮੈਨੂੰ ਉੱਥੋਂ ਸਪੋਰਟ ਨਹੀਂ ਆਈ। ਮੈਂ ਚਾਹੁੰਦਾ ਸੀ ਕਿ ਜਿੱਦਾਂ ਚੱਕਦਾਨੇ ਪਿੰਡ 'ਚ ਨਾ 5 ਚੋਰੀਆਂ ਹੋਈਆਂ, 5 ਘਰਾਂ 'ਚ, ਤਾਂ ਇੱਕ ਮੇਰੇ ਖਿਆਲ
ਕਿਸੇ ਪਬਲਿਕ ਪਲੇਸ ਤੇ ਹੋਈ ਸੀ। ਤਾਂ ਮੈਨੂੰ ਲੱਗਿਆ ਕਿ ਉਹ ਚੀਜ਼ ਸਾਹਮਣੇ ਆਉਣੀ ਚਾਹੀਦੀ, ਨਸ਼ਰ ਹੋਣੀ ਚਾਹੀਦੀ, ਤਾਂ ਜੋ ਬਾਕੀ ਪਿੰਡਾਂ ਦਾ ਬਚਾਅ ਹੋ ਜਾਵੇ। ਠੀਕਰੀ ਪਹਿਰੇ ਲੱਗ ਜਾਣ ਜਾਂ ਸੀਸੀਟੀਵੀ ਕੈਮਰੇ ਐਂਟਰੀ ਐਗਜ਼ਿਟ ਤੇ ਘੱਟੋ ਘੱਟ ਲੱਗਣ। ਲੇਕਿਨ ਮੈਨੂੰ ਪਿੰਡ ਦੇ ਮੋਹ ਦੁਬਾਰਾ ਨਾਲ ਗੱਲ ਹੋਈ ਸੀ, ਕੋਈ ਅੱਛਾ ਰਿਜ਼ਲਟ ਨਹੀਂ ਮਿਲਿਆ, ਨਾ ਫੋਟੋ ਆਈਆਂ ਨਾ ਵੀਡੀਓ ਆਈ। ਨਹੀਂ ਤਾਂ ਐਟਲੀਸਟ ਅਸੀਂ ਉਹਨੂੰ ਚੀਜ਼ ਨੂੰ ਸਾਹਮਣੇ ਤਾਂ ਰੱਖੀਏ ਕਿ ਚੋਰਾਂ ਦੇ ਇਹ ਹਾਲਾਤ ਹੋ ਗਏ ਆ ਕਿ ਇੱਕੋ ਰਾਤ 'ਚ 5 ਤੋਂ 6 ਜਗ੍ਹਾ ਨੂੰ ਨਿਸ਼ਾਨਾ ਬਣਾ ਲਿਆ, ਤਾਂ ਕੱਲ ਨੂੰ ਕਿਸੇ ਦੇ ਸੱਟ ਚੋਟ ਵੀ ਮਾਰ ਸਕਦੇ ਆ। ਇਸ ਕਰਕੇ ਮੈਂ ਅੱਜ ਗੱਲ ਸ਼ੇਅਰ ਕਰ ਦਿੰਦਾ ਜੀ, ਚੱਕਦਾਨੇ ਵਿਖੇ 5 ਤੋਂ 6 ਚੋਰੀਆਂ ਹੋਈਆਂ ਸੀ, ਇਹ ਹੁਣ 2 ਦਿਨ ਜਾਂ 3 ਦਿਨ ਪਹਿਲਾਂ ਦੀ ਗੱਲ ਆ, ਰਾਤ ਦੇ ਸਮੇਂ। ਫਿਰ ਸੋਨੂੰ ਸ਼ੇਮਰ ਸਾਹਿਬ, ਪਵਨ ਕੁਮਾਰ ਜੀ, ਗੁੱਡ ਈਵਨਿੰਗ ਸਰ, ਹੇਮੰਤ ਭਾਰਦਵਾਜ ਸਾਹਿਬ, ਜਸਪ੍ਰੀਤ ਕੌਰ ਜੀ, ਛਿੰਦਾ ਮੱਲਪੁਰੀ ਆ, ਸੂਰੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਸੱਚੇ ਪਾਤਸ਼ਾਹ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖਣ, ਪ੍ਰਿੰਸ ਪ੍ਰੀਤ ਸਾਹਿਬ ਜੀ, ਜਸਪ੍ਰੀਤ ਕੌਰ ਜੀ ਦੇਖ ਰਹੇ, ਕਿਵੇਂ ਹੋ, ਠੀਕ ਹੋ ਮੈਮ, ਠੀਕ ਆ ਮੈਮ, ਹਰਦੀਪ ਗੁਲਾਮ ਜੀ, ਐਡਵੋਕੇਟ ਹਰਪ੍ਰੀਤ ਕੁਮਾਰ ਜੀ, ਸਵਰੀਨਾ ਜੈਨ ਮੈਮ, ਅਵਤਾਰ ਮੱਟੂ ਜੀ, ਬਲਜੀਤ ਕੁਮਾਰ ਜੀ, ਯਸ਼ਿਕਾ ਕਾਲਰਾ ਜੀ, ਰਮਨ ਵਰਮਾ ਬੁਰਜਾ ਲਿਖ ਰਹੇ ਨੇ ਜੀ, ਸਤਿ ਸ਼੍ਰੀ ਅਕਾਲ ਸਰਦਾਰ ਜੀ, ਬਹੁਤ ਖੂਬਸੂਰਤ ਲੱਗ ਰਹੇ ਹੋ, ਮਹਾਰਾਜ ਦੀ ਬਖਸ਼ਿਸ਼ ਹੈ ਜੀ। ਔਰ ਉਮੀਦ ਕਰਦੇ ਹਾਂ ਕਿ ਇੱਕ ਦਿਨ ਅਜਿਹੇ ਆਏਗਾ ਕਿ ਹਰ ਰੋਜ਼ ਬੰਨਿਆ ਕਰਾਂਗੇ ਪੱਗ। ਔਰ ਰਣਜੋਤ ਬਨਵੈਦ ਸਾਹਿਬ ਲਿਖ ਰਹੇ ਆ ਜੀ, ਕੁਲਵਿੰਦਰ ਕੁਮਾਰ ਜੀ, ਸੋਨੂੰ ਸ਼ਿਮਰ ਜੀ, ਹਰਪਾਲ ਸਿੰਘ ਭੰਗੂ ਸਾਹਿਬ, ਨੀਲਮ ਪਲਾਹਾ ਜੀ, ਅਜੇ ਕੁਮਾਰ ਜੀ, ਰਕੇਸ਼ ਉਮਟ ਜੀ, ਆਸ਼ਾ ਰਾਣੀ ਜੀ, ਧਰਮਪਾਲ ਜੀ, ਮਨੀਸ਼ ਸ਼ਰਮਾ ਜੀ, ਜੈ ਸ਼ੰਕਰ ਜੀ, ਮੀਕਾ ਸਿੰਘ ਢਿੱਲੋਂ ਜੀ, ਵਿਨੇ ਅਰੋੜਾ ਜੀ, ਕਸ਼ਮੀਰ ਸਿੰਘ ਜੀ, ਸਵਰੀਨਾ ਜੈਨ ਜੀ, ਕੰਗ ਮਨਨ ਸਿੰਘ ਜੀ, ਕਰਮਜੀਤ ਸਿੰਘ ਜੀ, ਸੁਰਜੀਤ ਸਿੰਘ ਜੀ, ਰਾਣਾ ਆਜ਼ਾਦ ਜੀ, ਗੁਰਪਾਲ ਸੈਣੀ ਜੀ, ਵਿਨੇ ਅਰੋੜਾ ਜੀ, ਲਖਵੀਰ ਸਿੰਘ ਢੰਡਲ ਸਾਹਿਬ, ਸਨੀ ਵਰਮਾ ਜੀ, ਆਰਿਅਨ ਰਾਣਾ ਜੀ, ਮਹਿੰਦਰ ਸਿੰਘ ਜੀ, ਬੇਦੀ ਮੀਰਪੁਰੀਆ ਜੀ, ਸਤਿ ਸ਼੍ਰੀ ਅਕਾਲ ਜੀ, ਸੁਰਜੀਤ ਸਿੰਘ ਜੀ, ਪਰਮਜੀਤ ਕੌਰ ਜੀ, ਅਜੇ ਰਾਜ ਜੀ, ਵਿੱਕੀ ਨਵਾਂਸ਼ਹਿਰ ਜੀ, ਸੁਰਜੀਤ ਸਿੰਘ ਜੀ, ਪਰਮਜੀਤ ਕੌਰ ਸੈਣੀ, ਬੇਦੀ ਮੀਰਪੁਰੀਆ ਜੀ, ਜ਼ਿੰਦਗੀ ਜ਼ਿੰਦਾਬਾਦ ਹੈ ਸਰ, ਵਿਨੇ ਅਰੋੜਾ ਜੀ ਲਿਖ ਰਹੇ ਨੇ, ਪੱਗ ਵਿੱਚ ਸੋਹਣੇ ਲੱਗ ਰਹੇ ਹੋ, ਪੱਗ 'ਚ ਹਰ ਬੰਦਾ ਹੀ ਸੋਹਣਾ ਲੱਗਦਾ ਜੀ, ਮਹਾਰਾਜ ਦੀ ਬਖਸ਼ਿਸ਼ ਹੈ। ਮਨਦੀਪ ਬਨਵੈਦ ਸਾਹਿਬ, ਵਿਨੇ ਅਰੋੜਾ ਜੀ, ਠੀਕ ਹੈ ਸਰ, ਐਮ ਡੀ ਰਾਜੂ ਸ਼ੇਖ, ਜਸਵੀਰ ਮਾਨ ਜੀ, ਸ਼ੰਮੀ ਬੰਗੜ ਸਾਹਿਬ, ਕੌਰ ਬੀ ਜੀ, ਕੌਰ ਬੀ ਸਿੰਗਰ ਕੌਰ ਬੀ ਕਿ ਉਦਾਂ, ਅੱਛਾ ਮੈਮ ਕੋਈ ਸੀਨੀਅਰ ਨੇ, ਠੀਕ ਹੈ ਮੈਮ, ਥੈਂਕ ਯੂ ਵੈਰੀ ਮੱਚ। ਸੁਖਵਿੰਦਰ ਢੀਂਡਸਾ ਜੀ, ਕਿਉਂਕਿ ਮੈਮ ਨੇ ਲਿਖਿਆ ਨਾ ਦਿਨੇਸ਼ ਬੇਟਾ, ਤਾਂ ਸਾਡੀ ਮਾਂ ਸਮਾਨ ਹੈ ਜੀ। ਸੁਖਵਿੰਦਰ ਢੀਂਡਸਾ ਸਾਹਿਬ ਜੀ ਇਟਲੀ ਤੋਂ ਲਿਖ ਰਹੇ ਨੇ, ਪੰਕਜ ਜੀ, ਬਲਜੀਤ ਬਾਬਾ ਜੀ, ਗੁਰਪ੍ਰੀਤ ਸਿੰਘ ਜੀ, ਹਰੀਸ਼ ਚੰਦੇਰ ਜੀ, ਵਿਜੇ ਲਕਸ਼ਮੀ ਜੀ, ਜਗਦੀਪ ਬਾਸੀ ਸਾਹਿਬ ਲਿਖ ਰਹੇ ਆ, ਸੂਰੀ ਸਾਹਿਬ ਆਪਣਾ ਖਿਆਲ ਰੱਖਣਾ, ਤੁਸੀਂ ਸਰ ਸਾਰੇ ਭਰਾ ਭੈਣ ਨਾਲ ਹੋ, ਤੁਸੀਂ ਖਿਆਲ ਰੱਖਣਾ। ਐਮ ਡੀ ਨਾਸਿਰ ਸਾਹਿਬ ਕਹਿ ਰਹੇ, ਆਪ ਜੀ ਦਾ ਚੈਨਲ ਇੱਕ ਸੱਚੇ ਦੋਸਤ ਵਰਗ ਹੈ ਜੋ ਸਹੀ ਗੱਲਾਂ ਦੱਸ ਸਕਦਾ, ਬਾਕੀ ਮੀਡੀਆ ਦਾ ਤਾਂ ਰੱਬ ਹੀ ਰਾਖਾ, ਸੋਸ਼ਲ ਮੀਡੀਆ ਆਪ ਜੀ ਵਰਗੇ ਲੋਕਾਂ ਕਰਕੇ ਸੱਚੀ ਗੱਲ ਪਤਾ ਲੱਗ ਜਾਂਦੀ, ਨਹੀਂ ਤਾਂ ਗੋਦੀ ਮੀਡੀਆ ਕੋਲ ਤਾਂ ਕੋਈ ਖਬਰ ਸੁਣਨ ਯੋਗੀ ਨਹੀਂ ਹੁੰਦੀ। ਬੇਦੀ ਮੀਰਪੁਰੀਆ ਜੀ ਪੁੱਛ ਰਹੇ ਇਸ ਵੇਲੇ ਤੋਂ ਕੋਈ ਖਾਸ ਅਪਡੇਟ, ਬੇਦੀ ਸਾਹਿਬ ਪਿਛਲੇ 3 ਸਾਲਾਂ ਤੋਂ ਨਾ ਲਗਾਤਾਰ ਅਪਡੇਟ ਦੇ ਕੇ ਮੈਂ ਅੱਕ ਚੁੱਕਾ ਸੀਗਾ, ਮੈਨੂੰ ਲੱਗ ਰਿਹਾ ਸਾਡੇ ਵੀ ਭੈਣ ਭਰਾ ਜਿਹੜੇ ਸਾਨੂੰ ਰੋਜ਼ ਦੇਖਦੇ ਆ, ਭਿੰਦਾ ਗਰਚਾ ਸਾਹਿਬ ਜਿਵੇਂ ਦੇਖ ਰਹੇ ਆ, ਰਕੇਸ਼ ਧੀਰ ਜੀ ਦੇਖ ਰਹੇ ਆ, ਸੁਰਜੀਤ ਸਿੰਘ ਜੀ ਦੇਖ ਰਹੇ ਆ, ਗੁਰਲੀਨ ਗਰਚਾ ਜੀ ਦੇਖ ਰਹੇ ਆ, ਲਾਡੀ ਮਜੂਰੀਆ ਸਾਹਿਬ ਦੇਖ ਰਿਹਾ, ਜੱਸਲ ਗੋਪੀ ਸਾਹਿਬ ਦੇਖ ਰਿਹਾ, ਸੁੱਖ ਸ਼ੇਰ ਗਿੱਲ, ਮਨੀ ਸਾਹਿਬ ਦੇਖ ਰਹੇ ਆ,
ਰੁੱਪ ਸੁਖਮਨ ਰਾਜ ਦੇਖ ਰਹੇ ਆ, ਸੋਰੀ ਜੇ ਮੈਂ ਨਾਮ ਗਲਤ ਪੜ ਗਿਆ ਹੋਵਾਂ, ਮਨਜੀਤ ਸਿੰਘ ਧਮੜੈਤ ਸਾਹਿਬ ਜਿਵੇਂ ਦੇਖ ਰਹੇ ਆ, ਇਹਨਾਂ ਨਾਲ ਇੰਟਰੈਕਸ਼ਨ ਨਹੀਂ ਹੋਈ ਸੀ ਮੇਰੀ, ਤਕਰੀਬਨ 3-3.5 ਸਾਲ ਹੋ ਗਏ ਸੀ ਚੰਗੀ ਤਰੀਕੇ। ਮਹਿੰਦਰ ਰਾਓ ਜੀ ਦੇਖ ਰਹੇ, ਤਾਂ ਮੈਂ ਚਾਹੁੰਦਾ ਸੀ ਦੇਖੋ, ਹੁਣ ਵੀ ਅਸੀਂ ਸਿਰਫ ਨਾ ਬੋਲ ਰਹੇ ਆਪਣੀ ਫੈਮਿਲੀ ਦਾ, ਫਿਰ ਵੀ 150 ਬੰਦਾ ਜੁੜਿਆ ਹੋਇਆ, ਤਾਂ ਇਹ ਪਿਆਰ ਆ। ਇਹ ਵੱਡੀ ਅਪਡੇਟ ਇਹੀ ਹੈ ਅੱਜ ਦੀ ਕਿ ਪਿਆਰ ਬਣਿਆ ਹੋਇਆ ਭੈਣਾਂ ਭਰਾਵਾਂ ਦਾ, ਬਜ਼ੁਰਗਾਂ ਦਾ ਸਾਡੇ ਨਾਲ। ਇਹ ਪਿਆਰ ਕਰਕੇ ਅੱਜ ਆਪਾਂ ਬਸ ਲਾਈਵ ਹੋਏ ਹਾਂ ਕਿ ਸਾਰਿਆਂ ਦੇ ਨਾਂ ਲੈਣੇ ਆ, ਸਾਰਿਆਂ ਨਾਲ ਗੱਲ ਕਰਨੀ ਆ, ਇੱਧਰੋਂ ਵੇਵਸ ਉੱਧਰ ਜਾਣ, ਉੱਧਰੋਂ ਵੇਵਸ ਇੱਧਰ ਆਉਣ, ਕਿਉਂਕਿ ਅਸੀਂ ਇਹਨਾਂ ਕਰਕੇ ਹੀ ਮਾੜਾ ਮੋਟਾ ਜੋ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਇਹਨਾਂ ਦੇ ਪਿਆਰ ਦੇ ਸਦਕਾ ਹੀ ਆ, ਸਾਡੇ ਅਰਗੀ ਦੀ ਤਾਂ ਕੀ ਔਕਾਤ ਹੈ। ਤਰਲੋਚਨ ਸਿੰਘ ਜੀ ਸਤਿ ਸ੍ਰੀ ਅਕਾਲ ਜੀ, ਪੁਸ਼ਪਾ ਰਾਣੀ ਜੈ ਮਾਤਾ ਦੀ ਜੀ, ਪ੍ਰਦੀਪ ਕੁਮਾਰ ਜੀ ਲਿਖ ਰਹੇ ਨੇ ਗੁੱਡ ਜੋਬ ਸਰ ਜੀ, ਕਰਨ ਅਰੋੜਾ ਸਾਹਿਬ, ਮੁਰਸਲਿਮ ਖਾਨ ਜੀ, ਮਨੀ ਸਾਹਿਬ, ਮੋਹਿਤ ਜੋਸ਼ੀ ਜੀ, ਗੁਰੀ ਬਡਵਾਲ, ਗੁਰਪ੍ਰੀਤ ਸਿੰਘ ਅਟਵਾਲ ਜੀ, ਪਲੀਜ਼ ਹੁਣ ਮੈਂ ਚਾਹੁੰਦਾ ਕਿ ਕੋਈ ਤੁਸੀਂ ਕਮੈਂਟ ਆਪਣਾ ਕੋਈ ਪੁਆਇੰਟ ਆਫ ਵਿਊ ਸ਼ੇਅਰ ਕਰਨਾ ਚਾਹੁੰਦੇ ਤਾਂ ਜ਼ਰੂਰ ਲਿਖੋ। ਤੁਹਾਡਾ ਆਸ਼ੀਰਵਾਦ ਤਾਂ ਬਹੁਤ ਵਾਰ ਮਿਲ ਚੁੱਕਾ ਹੈ, ਮਿਲਦਾ ਰਹਿੰਦਾ, ਉਹ ਤੁਹਾਡੇ ਆਸ਼ੀਰਵਾਦ ਦੇ ਸਦਕਾ ਹੀ ਹੈ ਸਾਰਾ ਕੁਛ। ਕੋਈ ਤੁਸੀਂ ਕਮੈਂਟ ਜ਼ਰੂਰ ਭੇਜੋ ਜਿਹਦਾ ਜਿਹੜਾ ਪਬਲਿਕ ਨੂੰ ਸੇਧ ਦੇ ਸਕੀਏ, ਜਾਂ ਕੋਈ ਤੁਹਾਨੂੰ ਲੱਗਦਾ ਕੋਈ ਇਸ਼ੂ ਜਿਹੜਾ ਆ ਤੁਹਾਨੂੰ ਲੱਗਦਾ ਕਿ ਚੱਕਣੋਂ ਰਹਿ ਗਿਆ, ਜੋ ਸਮਾਜ ਨੂੰ ਪ੍ਰੋਬਲਮ ਆ ਰਹੀ ਹੈ, ਪਬਲਿਕ ਨੂੰ ਪ੍ਰੋਬਲਮ ਆ ਰਹੀ ਹੈ, ਬਹੁਤਾਤ 'ਚ ਲੋਕਾਂ ਨੂੰ ਪ੍ਰੋਬਲਮ ਆ ਰਹੀ ਹੈ, ਉਹਦੇ 'ਤੇ ਸਾਨੂੰ ਕੰਮ ਕਰਨਾ ਚਾਹੀਦਾ। ਇੱਦਾਂ ਦਾ ਕੋਈ ਤੁਹਾਨੂੰ ਲੱਗਦਾ ਕੋਈ ਇਸ਼ੂ ਹੈਗਾ ਦੱਸੋ, ਆਪਾਂ ਰਲ ਮਿਲ ਕੇ ਚੱਕ ਲੈਂਦੇ ਹਾਂ ਜੀ। ਸੁਰਜੀਤ ਕੌਰ ਜੀ, ਸ਼ਾਮ ਲਾਲ ਭਰਾ ਆਪਣਾ, ਆਰ ਕੇ ਦੱਤਾ ਸਾਹਿਬ, ਬਲਜਿੰਦਰ ਸਿੰਘ ਜੀ, ਅੱਛਾ ਬੇਦੀ ਮੀਰਪੁਰੀਆ ਸਾਹਿਬ ਲਿਖ ਰਹੇ ਆ, ਅਰਜ ਹੈ ਜੀ ਇਰਸ਼ਾਦ ਜਿੱਥੇ ਹੁੰਦੇ ਨੇ ਵੀਰ ਦਿਨੇਸ਼ ਸੂਰੀ, ਉੱਥੇ ਖਬਰ ਤੋਂ ਮੁੱਕ ਜਾਏ ਦੂਰੀ। ਧੰਨਵਾਦ ਤੁਹਾਡਾ, ਤੁਹਾਡੇ ਕਰਕੇ ਮੇਰੀ ਥੋੜੀ ਜਿਹੀ ਹੋਰ ਹੋ ਗਈ ਮਸ਼ਹੂਰੀ। ਸੰਦੀਪ ਸਿੰਘ ਜੀ, ਅਜੇ ਬਾਲੀ ਸਾਹਿਬ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਸੰਤੋਖ ਤਾਜਪੁਰੀ ਜੀ, ਬਾਬਾ ਜੀ ਆਪਦਾ ਭਲਾ ਕਰਨ, ਮੰਦਰਾਜ ਸਾਹਿਬ ਕਹਿ ਰਹੇ ਨੇ, ਬਲਵੀਰ ਮੂਸਾਪੁਰੀਆ ਸਾਹਿਬ ਕਹਿ ਰਹੇ ਖੁਸ਼ ਰਹੋ। ਬਲਵੀਰ ਮੂਸਾਪੁਰੀਆ ਸਾਹਿਬ, ਮੈਂ ਤੁਹਾਡੇ ਹਰ ਵੀਡੀਓ 'ਤੇ ਕਮੈਂਟ ਪੜ੍ਹਦਾ, ਔਰ ਬਹੁਤ ਵੱਡੀ ਹੱਲਾਸ਼ੇਰੀ ਹੁੰਦੀ ਹੈ ਜਦ ਪੋਜ਼ਿਟਿਵ ਕਮੈਂਟ ਆਉਂਦਾ। ਬਲਵੀਰ ਮੂਸਾਪੁਰੀਆ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਫਿਰ ਸ਼ੈਲੇਸ਼ ਕੁਮਾਰ ਨਾਮ ਸ਼ੋਅ ਹੋ ਰਿਹਾ, ਐਂਡ ਮਨੀ ਜੱਸਲ ਜੀ, ਨਰਿੰਦਰ ਕੁਮਾਰ ਜੀ, ਰਾਜ ਕਮਲ ਸੰਧੂ ਸਾਹਿਬ, ਹੈਪੀ ਗੁੱਜਰ ਜੀ, ਸਿੰਘ ਹਰਿੰਦਰ ਸਿੰਘ ਜੀ, ਕਰਨ ਅਰੋੜਾ ਸਾਹਿਬ ਲਿਖ ਰਹੇ ਗੁੱਡ ਜੋਬ। ਸ਼ਾਮ ਲਾਲ ਜੀ ਕਹਿ ਰਹੇ ਠੰਡ ਬਹੁਤ ਆ, ਡਰਾਈਵ ਧਿਆਨ ਨਾ ਕਰੇ, ਮੈਂ ਤਾਂ ਬਹੁਤ ਹੌਲੀ ਗੱਡੀ ਚਲਾਉਂਦਾ ਜੀ, ਮੈਂ 50-60 ਤੋਂ ਵੱਧ ਨਹੀਂ ਜਾਂਦਾ। ਜੇ ਕਿਤੇ ਕੋਈ ਐਮਰਜੈਂਸੀ ਵੀ ਹੋਵੇ ਤਾਂ ਬੰਦੇ ਨੂੰ ਕਹਿ ਦੀਦਾ ਮੂਹਰੇ ਕਿ ਵੇਟ ਕਰ ਲਾ ਭਰਾ, ਆਪਾਂ 80 ਜੇ ਮਤਲਬ ਹਾਈਵੇ 'ਤੇ ਤਾਂ 80, ਲਿੰਕ ਰੋਡ 40-50 ਤੋਂ ਵਿੱਚ, ਉਹ ਤੋਂ ਵੱਧ ਨਹੀਂ। ਬੇਦੀ ਮੀਰਪੁਰੀਆ ਸਾਹਿਬ ਕਹਿ ਰਹੇ ਇਸ ਵਿਸ਼ੇ ਤੇ ਗੱਲ ਹੋ ਸਕਦੀ, ਗੱਲ ਹੈ ਕੌੜੀ ਪਰ ਸੁਣਨ ਦਾ ਮਾਦਾ ਰੱਖਿਓ ਜੀ। ਜੀ ਜੀ ਜੀ, ਮੈਂ ਤੁਹਾਡੀ ਗੱਲ ਸਮਝ ਗਿਆ, ਪਰ ਉਹਦੇ 'ਤੇ ਆਪਾਂ ਸਪੈਸ਼ਲ ਕਰ ਲਾਂਗੇ ਜੀ। ਕੁਲਵਿੰਦਰ ਰਾਮ ਜੀ, ਨਰਿੰਦਰ ਖਾਲਸਾ ਜੀ, ਜੀ ਕਈ ਮੈਨੂੰ ਜਗ੍ਹਾ ਤੋਂ ਕਾਲਸ ਵੀ ਆਈਆਂ ਕਿ ਚਲੋ, ਪਰ ਮੈਂ ਤੁਹਾਨੂੰ ਦੱਸ ਦੇਣਾ, ਸਾਡੇ ਇੱਕ ਸੌਂਗ ਵੀ ਆਉਣਾ ਸੀਗਾ ਨਾਕੇ ਅੱਗੇ ਪਟਾਕੇ, ਉਹ ਵੀ ਅਸੀਂ ਕਿਉਂਕਿ ਸ਼ਹੀਦੀ ਦਿਨ ਚੱਲ ਰਹੇ ਆ, ਉਸ ਤੋਂ ਬਾਅਦ ਹੀ ਦੇਖਾਂਗੇ, ਉਹਦੇ ਬਾਰੇ ਤਾਂ ਸੋਚ ਵੀ ਨਹੀਂ ਰਹੇ ਹੁਣ ਅਸੀਂ। ਅਤੇ ਬਿਲਕੁਲ ਸਹੀ ਗੱਲ ਹੈ ਜੀ, ਥੋੜ੍ਹੇ ਦਿਨ ਅਸੀਂ ਕਿਉਂਕਿ ਉਸ ਪੇਨ ਨੂੰ ਮਹਿਸੂਸ ਕਰੀਏ, ਪਰ
ਮੈਂ ਤਾਂ ਇਹ ਗੱਲ ਉਹੀ ਕਹੂੰਗਾ ਜਿਹੜੀ ਸਾਰੇ ਤੁਹਾਨੂੰ ਪਤਾ ਹੀ ਹੈ ਕਿ ਦੇਸ਼ ਦੇਸ਼ ਨਾ ਹੁੰਦਾ ਜੇ ਪਿਤਾ ਦਸ਼ਮੇਸ਼ ਨਾ ਹੁੰਦਾ। ਤਾਂ ਮਹਾਰਾਜ ਉਹਨਾਂ ਦੀਆਂ ਜਿੱਡੀਆਂ ਕੁਰਬਾਨੀਆਂ ਆ ਉਹਨੂੰ ਅਸੀਂ ਭੁਲਾਈਏ ਨਾ। ਬਸ ਅਸੀਂ ਤਾਂ ਜਦ ਤੱਕ ਨਹੀਂ ਪਤਾ ਸੀ, ਸਮਝ ਸੀਗੀ, ਜੋ ਸੀ ਉਹ ਸੀ, ਪਰ ਹੁਣ ਅਸੀਂ ਇਹ ਜਿਹੜੇ ਦਿਨ ਆ ਮਹਿਸੂਸ ਕਰੀਏ ਕਿ ਕਿਵੇਂ ਔਖੀ ਘੜੀ ਵਿੱਚ ਵੀ ਰਜ਼ਾ ਵਿੱਚ ਰਾਜ਼ੀ ਰਹੇ ਆ, ਸਾਨੂੰ ਰਾਹ ਦਿਖਾ ਕੇ ਗਏ ਆ, ਮਾਰਗ ਦਿਖਾ ਕੇ ਗਏ ਆ। ਮੈਂ ਬਹੁਤ ਛੋਟਾ, ਮੇਰੇ ਕੋਲ ਸ਼ਬਦ ਬਹੁਤ ਘੱਟ ਹੈ, ਪਰ ਬਹੁਤ ਲਾਸਾਨੀ ਕੁਰਬਾਨੀ ਹੈ। ਸਾਹਿਬ ਕਮਾਲ ਬਾਰੇ ਜਿੰਨੇ ਸ਼ਬਦ ਬੋਲਾਂ ਮੈਂ ਬਹੁਤ ਛੋਟਾ। ਸਾਹਿਬ ਕਮਾਲ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਪਾਤਸ਼ਾਹ ਮਹਾਰਾਜ ਬਹੁਤ ਵੱਡੀ ਕੁਰਬਾਨੀ ਹੈ। ਅਸੀਂ ਜੋ ਵੀ ਆ ਅੱਜ ਉਹਨਾਂ ਕਰਕੇ ਆ, ਔਰ ਮੈਂ ਉਹਨਾਂ ਤੋਂ ਹਮੇਸ਼ਾ ਹੀ ਇਹ ਉਹਨਾਂ ਦੇ ਚਰਨਾਂ 'ਚ ਅਰਦਾਸ ਕਰਦਾ ਉਹਨਾਂ ਕਿ ਮਹਾਰਾਜ ਹਮੇਸ਼ਾ ਹੀ ਆਪਣੇ ਚਰਨਾਂ ਨਾਲ ਜੋੜ ਕੇ ਰੱਖੋ, ਔਰ ਮੈਨੂੰ ਵੀ ਹੌਸਲਾ ਦਿਓ ਕਿ ਮੈਂ ਆਪ ਜੀ ਦੇ ਦਿਖਾਏ ਮਾਰਗ 'ਤੇ ਤੁਰ ਸਕਾਂ। ਹਮੇਸ਼ਾ ਹੀ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਨੇ ਜੋ ਕੁਰਬਾਨੀਆਂ ਦਿੱਤੀਆਂ ਸਾਨੂੰ ਉਹਦੀ ਕਦਰ ਕਰਨੀ ਚਾਹੀਦੀ ਹੈ, ਸਾਨੂੰ ਸਲਾਹ 'ਤੇ ਤੁਰਨਾ ਚਾਹੀਦਾ, ਔਰ ਹਮੇਸ਼ਾ ਕਿਸੇ ਗਊ ਗਰੀਬ ਦੀ ਰੱਖਿਆ ਲਈ ਅੱਗੇ ਆਉਣਾ ਚਾਹੀਦਾ, ਸੱਚ ਬੋਲਣਾ ਚਾਹੀਦਾ। ਮੈਂ ਤਾਂ ਇੰਨੀ ਗੱਲ ਕਰ ਸਕਦਾ, ਇਸ ਤੋਂ ਵੱਧ ਕਹਿਣਾ ਬਹੁਤ ਚਾਹੁੰਦਾ ਲੇਕਿਨ ਮੈਨੂੰ ਢੁੱਕਵੇਂ ਸ਼ਬਦ ਨਹੀਂ ਮਿਲ ਰਹੇ। ਤਾਂ ਜਿਹੜੀ ਤੁਸੀਂ ਵੀ ਜਿਵੇਂ ਬੇਦੀ ਮੀਰਪੁਰੀਆ ਸਾਹਿਬ ਗੱਲ ਕੀਤੀ ਹੈ, ਜ਼ਰੂਰ ਸਾਨੂੰ ਮਰਿਆਦਾ ਵਿੱਚ ਰਹਿਣਾ ਚਾਹੀਦਾ। ਰੋਹਿਤ ਸਿੰਘ ਸਾਹਿਬ, ਰਵਿੰਦਰ, ਸੁਮਨ ਜੀ, ਰੀਤੂ, ਰਵੀ ਸ਼ੁਕਲਾ ਜੀ, ਹਰਜਿੰਦਰ ਸਿੰਘ ਜੀ, ਵਿਰਦੀ ਸਾਹਿਬ, ਸੋਮਾ ਚੌਧਰੀ ਜੀ, ਆਰ ਕੇ ਦੱਤਾ ਸਾਹਿਬ, ਠੀਕ ਹੈ ਜੀ। ਅਗਲੀ ਵਾਰ ਫਿਰ ਆਪਾਂ ਕਿਤੇ ਜੁੜਾਂਗੇ, ਫਿਰ ਕਿਤੇ ਦਿਲ ਦੇ ਦੁੱਖੜੇ ਫੋਲਾਂਗੇ, ਹੋਇਆ ਤਾਂ ਤੁਹਾਨੂੰ ਗੀਤ ਸੁਣਾਊਂਗਾ। ਸੁਣਾਵਾਂ ਵੈਸੇ ਅੱਜ ਇੱਕ ਗੀਤ, ਜੇ ਕੋਈ ਕਮੈਂਟ ਕਰ ਦੇਵੇ। ਮੈਂ ਗੀਤ ਸਾਂਭ ਕੇ ਬਹੁਤ ਰੱਖੇ ਆ ਸੈਡ, ਪਰ ਨਹੀਂ ਬਾਅਦ ਚ ਸਹੀ। ਸ਼ਾਮ ਲਾਲ ਸਾਹਿਬ ਕਹਿ ਰਹੇ ਆ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖਣ। ਮੈਂ ਮਤਲਬ ਮੋਟੀਵੇਸ਼ਨਲ ਗੀਤ ਜਿਹੜਾ ਸਾਨੂੰ ਅਸਲੀਅਤ ਨਾਲ ਜੋੜੇ, ਉਹਦੀ ਸੁਪਰੀਮ ਪਾਵਰ ਨਾਲ ਜੋੜੇ। ਮੈਂ ਉਦਾਂ ਦਾ ਕਹਿੰਦਾ ਸੀਗਾ ਜਿਵੇਂ ਮੈਂ ਵੈਸੇ ਤੁਹਾਨੂੰ ਬੋਲ ਕੇ ਦੱਸ ਦਿੰਦਾ, ਉਹ ਹੈਗਾ ਕਿ ਵਾਂਗ ਹਿਰਨ ਦੇ ਭੱਜਿਆ ਫਿਰਦਾ ਸੀ ਮੈਂ, ਇੱਕ ਕਸਤੂਰੀ ਦੀ ਕਿਧਰੋਂ ਆਉਂਦੀ ਹੈ, ਜਦ ਨਜ਼ਰ ਪਈ ਉਹ ਅੰਦਰ ਹੀ ਸੀ, ਜਿਹਦੀ ਪਲ ਪਲ ਯਾਦ ਸਤਾਉਂਦੀ ਹੈ, ਦਨੇਸ਼ ਡਰ ਕੇ ਦੇਖੀ ਡੋਲੀ ਨਾ, ਸਤਿਗੁਰ ਨੇ ਲਈ ਪ੍ਰੀਖਿਆ ਹੈ। ਜ਼ਿੰਦਗੀ ਦੇ ਸਭ ਜਜ਼ਬਾਤਾਂ ਤੋਂ ਜੋ ਕੁਝ ਵੀ ਸ਼ਾਇਰ ਨੇ ਲਿਖਿਆ ਹੈ, ਸਿੱਖਿਆ ਹੈ, ਜੋ ਕੁਝ ਵੀ ਲਿਖਾਇਆ ਹਾਲਾਤਾਂ ਨੇ, ਬਸ ਉਹੀ ਕੁਝ ਮੈਂ ਲਿਖਿਆ। ਮਤਲਬ ਸਾਡੀ ਅਖੀਰ ਚ ਗੱਲ ਉਹਦੇ ਨਾਲ ਹੀ ਜੁੜਦੀ ਹੈ, ਸ਼ੁਰੂ ਵੀ ਉੱਥੇ ਹੀ ਹੁੰਦੀ ਹੈ, ਜੁੜਦੀ ਵੀ ਉਹਦੇ ਨਾਲ ਹੀ। ਔਰ ਰਾਹ ਮੈਂ ਤੁਹਾਨੂੰ ਬਣਾ ਲਿਆ ਕਿ ਤੁਹਾਡੇ ਰਾਹ ਉਹਦੇ ਤੱਕ ਪਹੁੰਚ ਜਾਈਏ, ਠੀਕ ਹੈ ਜੀ। ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ। ਫਿਰ ਅਗਲੀ ਵਾਰ ਜਦੋਂ ਆਪਾਂ ਜੁੜਾਂਗੇ, ਉਹ ਤੋਂ ਪਹਿਲਾਂ ਮੈਂ ਕੋਸ਼ਿਸ਼ ਕਰੂੰਗਾ ਕਿ ਕੋਈ ਪ੍ਰੋਗਰਾਮ ਪਲਾਨ ਕਰੀਏ ਤੇ ਫਿਰ ਤੁਹਾਡੀ ਕਾਲ ਲਈਏ, ਤੁਹਾਡੀ ਐਟਲੀਸਟ ਆਵਾਜ਼ ਤਾਂ ਜਨਤਾ ਦੇ ਰੂਬਰੂ ਕਰੀਏ, ਪਰਿਵਾਰ ਦੇ ਰੂਬਰੂ ਕਰੀਏ, ਕਿਉਂਕਿ ਇੱਕ ਆਪਣਾ ਵੱਡਾ ਪਰਿਵਾਰ ਹੈ। ਤੁਹਾਨੂੰ ਨੰਬਰ ਆਪਾਂ ਡਿਸਪਲੇ ਕਰ ਦਿਆਂਗੇ ਅਗਲੀ ਵਾਰ ਤੋਂ, ਤੁਸੀਂ ਕਾਲ ਕਰ ਲੈਣੀ ਹੈ ਜੀ, ਤੇ ਅਸੀਂ ਤੁਹਾਡਾ ਰਾਬਤਾ ਆਪਣੇ ਪਰਿਵਾਰ ਨਾਲ ਬਣਾ ਦੇਣਾ। ਤੁਸੀਂ ਪਰਿਵਾਰ ਦੇ ਮੈਂਬਰ ਹੋ ਤੇ ਤੁਹਾਡਾ ਹੀ ਚੈਨਲ ਹੈ, ਤੁਹਾਡਾ ਹੀ ਪਲੈਟਫਾਰਮ ਹੈ, ਤੇ ਹੁਣ ਸਮਾਂ ਆ ਗਿਆ ਕਿ ਤੁਸੀਂ ਆਪਣੇ ਪਲੈਟਫਾਰਮ ਤੇ ਆ ਕੇ ਖੁੱਲ੍ਹ ਕੇ ਆਪਣੀ ਆਵਾਜ਼ ਰੱਖੋ। ਤੇ ਹੁਣ ਜਿੰਨਿਆਂ ਨੇ ਵੀ ਇਹ ਲਾਈਵ ਦੇਖ ਲਿਆ, ਸੁਣ ਲਿਆ,
ਅਗਲੀ ਵਾਰ ਤੋਂ ਆਪਾਂ ਇਹ ਪਲੈਨਿੰਗ ਕਰਨੀ ਹੈ ਕਿ ਨੰਬਰ ਪਹਿਲੇ ਤੁਹਾਡੇ ਤੱਕ ਪਹੁੰਚਦਾ ਕਰ ਦਿਆਂਗੇ ਤੇ ਤੁਸੀਂ ਅਗਲੀ ਵਾਰ ਤੋਂ ਆਪਣੇ ਚੈਨਲ ਪੀਬੀ ਬੱਤੀ ਨਵਾਂ ਸ਼ਹਿਰ ਚੈਨਲ ਤੇ ਆਪਣਾ ਪੱਖ ਰੱਖਣਾ ਕਿਸੇ ਇਸ਼ੂ ਨੂੰ ਲੈ ਕੇ ਜਾਂ ਕੋਈ ਤੁਸੀਂ ਕਿਸੇ ਨੂੰ ਸੁਨੇਹਾ ਦੇਣਾ ਚਾਹੁੰਦੇ ਹੋ, ਅਵੇਅਰ ਕਰਨਾ ਚਾਹੁੰਦੇ ਹੋ ਤਾਂ ਅਗਲੀ ਵਾਰ ਆਪਾਂ ਸਿੱਧਾ ਕਾਲ ਦੇ ਥਰੂ ਜੁੜਾਂਗੇ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਇੰਨਾ ਪਿਆਰ ਦੇਣ ਲਈ, ਏਦਾਂ ਹੀ ਆਪਣਾ ਮਿਹਰ ਭਰਿਆ ਹੱਥ ਸਾਡੇ ਸਿਰ ਤੇ ਰੱਖਣਾ। ਬਹੁਤ ਬਹੁਤ ਸ਼ੁਕਰੀਆ, ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।